चाहे मैं पुलिस आले नूं कढ दिंदा गाला दा मैं अच्छा अच्छा गाला कढे दा कोई परचा नहीं हुंदा। हां जी कौन बोल रहे हो तुसी कौन तुसी कौन जी दूजे भरा नाल गल कराओ जिहड़े जिहड़ा फोन करदे सी रात कौन थली बोलदा हां 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 जी बोलो तुसी करदे सी रात मैनूं फोन फोन किया तेन देख लेना हट जा गाल भी क्डिया फोन करके हाँ मैसेज लिखे हुए गाल क्डिया हुई बहुत मैं पाए भी फेसबुक के उत्ते मैसेज हाँ देख ले की एक मिनट व्हाट्सएप है कि मैसेज है हाँ व्हाट्सएप के उत्ते किए हुए मिसलीड कर रहे सारे सिखा नु दीप सिद्धू नु शहीद शहीद बना के गल करनी अच्छा धंधा कर दे सिखा का अच्छा सिद्धू मूसेवाला हथियार नु ग्लोरीफाई कर दा अच्छा किथे बोलदा सी ਹੁਣ ਤੈਨੂੰ ਕੱਲੀਆਂ ਕੱਲੀਆਂ ਕਲਿੱਪਾਂ ਕੱਢ ਕੇ ਦੇਵਾਂ ਤੈਨੂੰ ਆਪ ਨੂੰ ਪਤਾ ਹੋਊਗਾ ਕੋਈ ਨਾ ਤੂੰ ਕਲਿੱਪਾਂ ਵੀ ਕੱਢਨੀ ਭਰਾ ਕੋਈ ਗੱਲ ਨਹੀਂ ਆ ਠੀਕ ਹੈ ਤੇ ਜਿਹੜੀ ਤੇ ਭਾਸ਼ਾ ਬੋਲੀ ਆ ਉਹ ਤੈਨੂੰ ਆਪੇ ਆਪ ਸ਼ਾਮ ਨੂੰ ਲੱਗ ਜੂਗਾ ਪਤਾ ਕੋਈ ਗੱਲ ਨਹੀਂ ਤੂੰ ਤੈਨੂੰ ਮੇਰੇ ਨਾਲ ਪਹਿਲਾਂ ਆਹ ਦੱਸ ਯਾਰ ਤੂੰ ਧੰਦਾ ਕਰਦਾ ਸਿੱਖਾਂ ਦਾ ਨਹੀਂ ਤੂੰ ਕੌਣ ਹੁੰਦਾ ਕਹਿਣ ਵਾਲਾ ਮੈਂ ਤੈਨੂੰ ਪੁੱਛਦਾ ਤੂੰ ਦੀਪ ਸਿੱਧੂ ਨੂੰ ਤੁਸੀਂ ਸ਼ਹੀਦ ਸ਼ਹੀਦ ਕਰਕੇ ਤੁਸੀਂ ਕੀ ਧੰਦਾ ਜਿਹਾ ਚਲਾ ਰੱਖਿਆ ਤੁਸੀਂ ਤੂੰ ਯਾਰ ਕੰਮ ਕਰ ਆਪਣਾ ਠੀਕ ਹੈ जलूस कढ़ी जाने हो तुसी बना रखे व्यापार सिखा नु विच इहनू बाणे पा के अमृत छकिया होया तो तुसी कहाई जाने हो शहीद है है मरिया एक्सीडेंट च उह एजेंसियां उह फुद्दू बनाई जाने एजेंसियां भै लड्डू बनता खतरा सी तेरे वर्गे लोग लड्डू बनता ठीक है जिस तरह तू रात मेनू लग्या होया सी धमकियां देण अहे जे ते बंदे मगर ओहदे तैनू कोई धमकी नहीं दित्ती तैनू सुनाया जी नहीं नहीं तू गाला कढ़ने वाला कौन हुंदा मैनू ये दस तू ਤੁਸੀਂ ਹਾਂ ਕਿਉਂਕਿ ਤੁਸੀਂ ਜਿਹੜਾ ਤੁਸੀਂ ਸਿੱਖਾਂ ਦਾ ਮਜ਼ਾਕ ਉਡਾਉਣੇ ਹੋ ਨਾ ਤੁਸੀਂ ਗਾਲਾਂ ਦੀ ਲਾਈ ਕੋਈ ਨਾ ਫਿਰ ਤੈਨੂੰ ਸ਼ਾਮ ਨੂੰ ਲੱਗ ਜਾਣਾ ਤੈਨੂੰ ਮੈਂ ਉਹੀ ਕਹਿੰਦਾ ਉਹ ਤੂੰ ਜਾਣਦਾ ਜਿਹੜਾ ਤੈਨੂੰ ਵੱਡਾ ਉਹ ਜਾ ਤੂੰ ਕੰਮ ਕਰ ਆਪਣਾ ਤੂੰ ਲਾਰੈਂਸ ਵਿਸ਼ਨੂਈ ਆ ਜਿਹੜਾ ਮੈਂ ਤੈਨੂੰ ਜਾਣਦਾ ਆਇਆ ਤੂੰ ਵੱਡਾ ਕਿਤੇ ਕੌਮ ਦਾ ਰਖਵਾਲਾ ਹਾਂ ਹੈਗੇ ਆ ਤੇਰਾ ਤੈਨੂੰ ਹਜੇ ਮੈਂ ਐਕਸਪੋਜ਼ ਕਰੂੰ ਢੰਗ ਨਾਲ ਅੱਛਾ ਅੱਛਾ ਜਿਹੜਾ ਤੁਸੀਂ ਵਪਾਰ ਬਣਾਇਆ ਹੋਇਆ ਤੁਹਾਨੂੰ ਸਭ ਪਤਾ ਵੀ ਐਕਸੀਡੈਂਟ ਚ ਮਰਿਆ ਪਰ ਤੁਸੀਂ ਬੋਲਦੇ ਨਹੀਂ ਅੱਛਾ ਅੱਛਾ ਸਾਨੂੰ ਪਤਾ ਅਸੀਂ ਨਾਲ ਸੀ ਹਨਾ लाइन नू ना अगे वधा रहे हो तू सपोर्ट करना भी उन्हां दी लाइन नू अगे वधा दीप सिद्धू नू कल भी सपोर्ट करदा सी मरन तो बाद भी करदा ठीक है करदा मैं तू दस के कर लूंगा ਜੋ ਹੈਗਾ ਸੀ ਉਹਨੂੰ ਉਹ ਸਪੋਰਟ ਕਰ ਕਰਦਾ ਮੈਂ ਸਪੋਰਟ ਉਹਨੂੰ ਠੀਕ ਹੈ ਪੰਜਾਬ ਲਈ ਜਿਉਣ ਵਾਲਾ ਸ਼ੇਰ ਸੀ ਉਹ ਕੀ ਕਰਤਾ ਸੀ ਚਾਰ ਲੈਣਾ ਬੋਲਣ ਨਾਲ ਸ਼ੇਰ ਬਣ ਜਾਂਦੇ ਆ ਹਾਂ ਤੂੰ ਤੂੰ ਤੇਰੇ ਵਰਗੇ ਨਹੀਂ ਹੁੰਦੀਆਂ ਕਤੀੜਾਂ ਠੀਕ ਹੈ ਤੇਰੇ ਵਾਂਗ ਮਾਮਾ ਭੈਣਾਂ ਦੀਆਂ ਇੱਜ਼ਤਾਂ ਨਹੀਂ ਸੀ ਰੋਲਦਾ ਉਹ ਤੂੰ ਕੰਮ ਕਰ ਆਪਣਾ ਤੈਨੂੰ ਹੁਣੇ ਤੈਨੂੰ ਦੱਸਦੀ ਆ ਪੁਲਿਸ ਠੀਕ ਹੈ ਰੁਕ ਜਾ ਦਸ ਮਿੰਟ ਤੂੰ
ਤੁਸੀਂ ਪੈਰ ਦੀ ਜੁੱਤੀ ਨੀ ਹੈਗੇ। ਫਿਰ ਰੁਕ ਜਾ 10 ਮਿੰਟ, ਦੱਸ ਦਿੰਦੇ ਤੈਨੂੰ ਕੌਣ। ਉਹ ਕੋਈ ਗੱਲ ਨੀ, 10 ਮਿੰਟ ਮੈਂ ਇੱਥੇ ਆ, ਇਸ ਟਾਈਮ ਤੂੰ ਮੈਂ ਇੱਥੇ ਆ, ਜੋ ਮਰਜ਼ੀ ਕਰ, ਤੂੰ ਮੇਰਾ ਲਾਈਵ ਆ ਜੇ, ਤੈਨੂੰ ਵੱਡਾ ਹੋਇਆ, ਮੈਂ ਕੋਈ ਲੁੱਕੇ ਭੱਜਣ ਵਾਲਿਆਂ ਚ ਨੀ ਹੈਗਾ। ਠੀਕ ਹੈ ਠੀਕ ਹੈ, ਜਵਾਬ ਦੇ ਤੈਨੂੰ ਮੂੰਹ ਤੇ। ਹਾਂ ਕੋਈ ਨਾ, ਤੇ ਦਗੜਾਉਂਦੇ ਮਾਵਾਂ ਭੈਣ ਦੀਆਂ ਗਾਲਾਂ। ਉਹ ਤੂੰ ਗਾਲਾਂ ਦੇ ਲਾਇਕ ਹੋ ਤੁਸੀਂ? ਅੱਛਾ ਅੱਛਾ, ਤੁਸੀਂ ਤਾਂ ਯਾਰ ਬਾਣੀ ਦਾ ਉਹ ਅੰਮ੍ਰਿਤਪਾਲ ਪਾ ਕੇ ਅੰਮ੍ਰਿਤ ਛੱਕ ਕੇ ਝੂਠ ਬੋਲੀ ਜਾਂਦਾ। ਤੁਸੀਂ ਉਹਨੂੰ ਪ੍ਰਮੋਟ ਕਰਦੇ ਹੋ, ਉਹ ਅੰਮ੍ਰਿਤ ਛੱਕ ਕੇ ਕਹਿੰਦਾ ਵੀ ਦੀਪ ਸਿੱਧੂ ਨੂੰ ਏਜੰਸੀਆਂ ਨੇ ਮਰਵਾਇਆ। ਮੇਰੀ ਸੁਣ ਲਾ ਗੱਲ ਪਹਿਲਾਂ, ਬੰਦਿਆਂ ਵਾਂਗੂ ਸੁਣ ਮੇਰੀ ਗੱਲ। ਮੈਂ ਇੱਕ ਪੱਤਰਕਾਰ, ਅੰਮ੍ਰਿਤਪਾਲ ਦੇ ਖਿਲਾਫ ਵੀ ਮੇਰੇ ਕੋਲ ਬੋਲ ਕੇ ਜਾਂਦੇ ਆ, ਹੱਕ ਚ ਵੀ ਬੋਲ ਕੇ ਜਾਂਦੇ ਆ, ਠੀਕ ਹੈ। ਮੈਂ ਹੱਕ ਦੀ ਵੀ ਸੁਣਨੀ ਆ, ਮੈਂ ਵਿਰੋਧ ਵੀ ਸੁਣਨਾ ਹੈ। ਪਰ ਜੇ ਤੂੰ ਕਹਿੰਦਾ ਨਾ ਵੀ ਤੂੰ ਐਂ ਕਰਦਾ ਤੂੰ ਕਰਦਾ, ਤੇਰਾ ਬੰਦਾ ਬਣਾ ਦੇਣਾ ਮੈਂ, ਤੈਨੂੰ ਦੱਸਦਾ ਮੈਂ। ਉਹ ਯਾਰ ਤੂੰ ਕਰਦਾ ਹੀ ਹੈ, ਮੈਂ ਉਹ ਕਰਦਾ ਕਿਉਂ ਨੀ, ਤੂੰ ਪ੍ਰਮੋਟ ਕਰਦਾ ਤੂੰ ਇਹਨਾਂ ਨੂੰ। ਕੋਈ ਨਾ, ਫਿਰ ਕਰਦਾ ਮੈਂ, ਤੂੰ ਦੱਸ ਕੀ ਲੈਣਾ, ਬੋਲ ਤੂੰ ਮੂਸੇਵਾਲੇ ਵਿਰੁੱਧ ਤੂੰ ਕੀ ਲੈਣਾ। ਆਰਟਿਸਟ ਬੰਦਾ ਸੀ ਸਿੱਧੂ ਮੂਸੇਵਾਲਾ, ਸਿਰਫ ਆਰਟਿਸਟ ਸੀ, ਆਰਟਿਸਟ। ਹਾਂ ਫੇਰ ਹੈਗਾ ਸੀ, ਹਾਂ ਤੂੰ ਪੁੱਠਾ ਬੋਲਿਆ, ਲਿਆ ਲਿਆ ਮੈਨੂੰ ਲਿਆ, ਫਿਰ ਲਿਆ ਤੂੰ ਪੋਸਟ ਲਿਆ ਮੇਰੀ, ਪੁੱਠਾ ਬੋਲਿਆ ਮੈਂ। ਉਹ ਤੂੰ ਕਹਿੰਦਾ ਸੀਗਾ ਪੰਜਾਬੀਆਂ ਨੂੰ, ਐਂ ਕਹਿੰਦਾ ਪੰਜਾਬੀਆਂ ਨੂੰ, ਕਿਸੇ ਨੂੰ ਕੁਛ ਨੀ ਕਹਿੰਦਾ ਸੀ ਤੈਨੂੰ। ਤੇਰਾ ਤੂੰ ਜਿਹੜਾ ਦਲ ਪਾਉਣਾ ਕਰਦਾ ਨਾ, ਮੈਂ ਤੈਨੂੰ ਦੱਸਦਾ, ਤੈਨੂੰ ਅਕਲ ਦੇ ਦੇਣੀ। ਉਹ ਤੇਰਾ ਨਾਮ ਹੀ ਉਹ ਹੈ, ਮੈਂ ਤਾਂ ਤੈਨੂੰ ਹਜੇ ਕੋਈ ਗਾਲ ਬੋਲੀ ਨੀ ਤੈਨੂੰ ਹਜੇ, ਹੁਣ ਤਾਂ ਮੈਂ ਸੀਰੀਅਸਲੀ ਗੱਲ ਕਰ ਰਿਹਾ, ਤੈਨੂੰ ਗਾਲ ਗੁਲ ਮੈਂ ਹਜੇ ਕੋਈ ਕੱਢੀ ਨੀ। ਜੇ ਗਾਲਾਂ ਅਜਿਹਾ ਕੁਛ ਬੋਲੇਗਾ ਮੈਂ ਤੈਨੂੰ ਉਹੀ ਭਾਸ਼ਾ ਜਵਾਬ ਵੀ ਦੇ ਦੂੰਗਾ, ਪਰ ਹੁਣ ਮੈਂ ਤੇਰੇ ਨਾਲ ਲੌਜਿਕ ਚ ਗੱਲ ਕਰਨਾ ਚਾਹੁੰਦਾ। ਹਾਂ ਬੋਲ। ਵੀ ਲੌਜਿਕ ਦੇ ਵਿੱਚ ਇਹ ਹੈ ਵੀ ਤੂੰ ਸਿੱਧੂ ਮੂਸੇਵਾਲੇ ਨੂੰ ਇੰਨਾ ਪੁੱਠਾ ਬੋਲਿਆ, ਇੰਨਾ ਪੁੱਠਾ ਬੋਲਿਆ ਵੀ ਉਹ ਤਾਂ ਤੇਰੇ ਪਰਸਨਲ ਓਪੀਨੀਅਨ ਚ, ਉਹ ਕਾਹਦੀ ਪੱਤਰਕਾਰੀ ਸੀ ਤੇਰੀ? ਅੱਛਾ ਪੰਜਾਬੀਆਂ ਨੂੰ ਕਹਿੰਦਾ ਜੀ ਬਹੁਤ ਗੰਦੀ ਗਾਲ ਕੱਢਦਾ ਜੀ, ਪੰਜਾਬੀਆਂ ਨੂੰ ਗਲਾਰ ਕਹਿੰਦਾ ਜੀ, ਪੰਜਾਬੀਆਂ ਨੂੰ ਫਲਾਣਾ ਕਹਿੰਦਾ ਜੀ, ਇਹਦਾ ਤੂੰ ਤੂੰ ਸੋਚਦਾ ਯਾਰ, ਆਰਟਿਸਟ ਸੀ ਉਹ, ਦਿੰਦਾ ਸੀ ਉਹ ਜਿਹੜੇ ਥਾਣੇ ਚ ਹੁਣ ਕੰਪਲੇਂਟ ਹੋਣ, ਉਸ ਥਾਣੇ ਚ ਸਾਰੇ ਸਬੂਤ ਮੇਰੇ ਖਿਲਾਫ ਲੈ ਆਈ, ਠੀਕ ਹੈ। ਜਿਹੜੇ ਤੂੰ ਆ ਹੁਣ ਕਹਿੰਦਾ ਨਾ ਇਹ ਹਵਾ ਚ ਤੀਰ ਨਾ ਮਾਰ, ਠੀਕ ਹੈ। ਮੈਂ ਲੈ ਹੁਣ ਤੈਨੂੰ ਮੈਂ ਹੋਰ ਦੱਸ ਦਿੰਦਾ, ਗਾਲਾਂ ਕੱਢੀਆਂ ਦਾ ਕੋਈ ਪਰਚਾ ਨਹੀਂ ਹੁੰਦਾ, ਮਾਨਹਾਨੀ ਜਿੱਥੇ ਮਰਜ਼ੀ ਕਰ, ਕੋਈ ਪਰਚਾ ਨਹੀਂ ਹੁੰਦਾ, ਮੈਨੂੰ ਫੁੱਦੂ ਨਾ ਆਉਣਾ, ਠੀਕ ਹੈ। ਅੱਛਾ ਅੱਛਾ, ਗਾਲਾਂ ਦਾ ਕੱਢੀਆਂ ਦਾ, ਚਾਹੇ ਮੈਂ ਪੁਲਿਸ ਵਾਲੇ ਨੂੰ ਵੀ ਕੱਢ ਦਿੰਦਾ ਗਾਲਾਂ ਦਾ ਮੈਂ। ਅੱਛਾ ਅੱਛਾ, ਗਾਲਾਂ ਕੱਢੇ ਦਾ ਕੋਈ ਪਰਚਾ ਨਹੀਂ ਹੁੰਦਾ, ਜਿਹਨੂੰ ਮਰਜ਼ੀ ਕਰ ਲਈ, ਠੀਕ ਹੈ ਠੀਕ। ਹਾਂ ਤੂੰ ਉਹ ਭੁਲੇਖਿਆਂ ਚੋਂ ਰਹਿਣ ਦੇ, ਤੂੰ ਇਹੋ ਜਿਹੇ ਪਰਚੇ ਲੰਡੂ ਜੇ ਪਰਚਿਆਂ ਦਾ ਮੈਨੂੰ ਪਤਾ ਹੈ, ਇਹ ਪਰਚਾ ਪੁਰਚਾ ਨੀ, ਪਰਚੀਆਂ ਹੁੰਦੀਆਂ ਨੇ, ਨਾ ਪੁਲਿਸ ਦੀ ਔਕਾਤ ਹੈ ਮੈਨੂੰ ਥਾਣੇ ਚ ਬੁਲਾ ਸਕੇ, ਔਕਾਤ ਵੀ ਨੀ ਮੈਨੂੰ ਥਾਣੇ ਚ ਬੁਲਾਉਣ ਦੀ। ਤੂੰ ਗੱਲ ਕਰਦਾ ਪੁਲਿਸ ਕਰੂਗੀ, ਇਹ ਕਰੂਗੀ, ਪੁਲਿਸ ਦੀ ਔਕਾਤ ਨੀ, ਜਿਹੜਾ ਤੇਰਾ ਜਦੋਂ ਮਰਜ਼ੀ ਫੋਨ ਕਰਾ ਲਈ ਪੁਲਿਸ ਅਫਸਰ ਨੂੰ, ਲੈ ਮੈਂ ਉਹਨੂੰ ਫੋਨ ਤੇ ਤੈਨੂੰ ਸੁਣਾ ਦੂੰਗੀ, ਇਹਦੀ ਔਕਾਤ ਨੀ, ਮੈਨੂੰ ਬੁਲਾ ਲੇ ਥਾਣੇ ਚ। ਧਮਕੀ ਦਿੰਦਾ ਪੁਲਿਸ ਨੂੰ? ਹਾਂ ਜਮਾ ਧਮਕੀ ਦਿੰਦਾ, ਔਕਾਤ ਨੀ ਕਿਸੇ ਪੁਲਿਸ ਵਾਲੇ ਦੀ ਵੀ ਮੈਨੂੰ ਥਾਣੇ ਚ ਬੁਲਾ ਲੇ। ਅੱਛਾ ਅੱਛਾ, ਵੱਡਾ ਬਾਬੂ ਹੋਣਾ ਕੋਈ ਦੂਆ ਨਾ? ਵੱਡਾ ਬਾਬੂ ਨੀ, ਤੂੰ ਮੇਰੇ ਨਾਲ ਤੂੰ ਲੌਜਿਕ ਦੀ ਗੱਲ ਕਰ, ਜਿਹੜੀ ਆਪਣੀ ਗੱਲ ਚੱਲ ਰਹੀ ਹੈ, ਠੀਕ ਹੈ। ਪੁਲਿਸ ਪੰਸ ਕੋਈ ਨਾ, ਤੂੰ ਮੈਨੂੰ ਨਾ ਮੇਰੇ ਸਬੂਤ ਭੇਜ ਦੀ ਭਰਾ ਮੇਰੇ, ਕੋਈ ਗੱਲ ਨੀ। ਵੱਡੇ ਸਿੰਘ ਬਣਦੇ ਮਿੰਟ ਚ, ਪੁਲਿਸ ਦੀ ਕੁੱਛੜ ਜਾ ਕੇ ਬਹਿ ਜਾਂਦੇ, ਪੁਲਿਸ ਦਾ ਸਹਾਰਾ ਲੈਣ ਲੱਗ ਜਾਂਦੇ, ਉਹ ਵੱਡੇ ਤੇਰੇ ਵਰਗੇ ਰੌਲਾ ਪਾਉਂਦੇ ਆ, ਫਿਰ ਵੀ ਗੁੰਡਾਗਰਦੀ ਕਰਦੇ ਆ, ਵੱਡੇ ਸਿੰਘ ਗੁੰਡਾਗਰਦੀ ਤੇਰੇ ਵਰਗੇ ਰੌਲਾ ਹੀ ਪਾਉਂਦੇ ਫਿਰ, ਕੋਈ ਨੀ। ਕੰਮ ਕੀ ਹੈ ਭਰਾ, ਕੰਮ ਕੀ ਕਰਦਾ, ਕੰਮ ਕੀ ਕਰਦਾ? ਉਹ ਕੋਈ ਗੱਲ ਨੀ, ਲੱਗ ਜੂ ਪਤਾ, ਕੰਮ ਕੁੰਮ ਵਾਲਾ ਨੀ ਪੁੱਛੀ ਨੀ ਹੁੰਦੇ, ਤੂੰ ਬਸ ਗੱਲਾਂ ਕਰ। ਅੱਛਾ ਟਾਈਮ ਨੀ ਮੇਰੇ ਕੋਲ ਗੱਲਾਂ ਕਰਨ ਦਾ, ਠੀਕ, ਬੰਦੇ ਦੀ ਆਈਡੈਂਟੀ ਨੀ ਜਾਣਨੀ ਚਾਹੀਦੀ। ਅੱਛਾ ਅੱਛਾ, ਕੱਲੇ ਗੱਲਾਂ ਬਾਤਾਂ ਵਿਚਾਰਾਂ ਤੱਕ ਸੀਮਤ, ਠੀਕ ਹੈ।